और 4 साल जो ठीक है उसी और हालत ऐसी गई है जो मतलब 18-18 घंटे बिजली कोनी गैस कोनी ते खास कर दिहाड़ीदार तबका इस टाइम आपने दिहाड़ी दे विच घर को नहीं चला सकता और दो काम करे सी या डाके सटे सी या फाके करे सी ये पोजीशन ते मतलब नए पाकिस्तान दे नतीजे आ चुके हैं चिट कपड़ा जे रहे वो पिनण दे तैयार किया ते खुदा रा सब सारे कुल आवन दा मकसद सारा है एक सियासी जे तहरीक होंदी है या सियासत जे लिए ए ई हुकूमती पॉलिसियां को देख के उन मुताबिक एक कदम घिरना पौंदा है ਉਹਨੇ ਨਤੀਜੇ ਤੁਹਾਡੇ ਸਾਹਮਣੇ ਮਹਿੰਗਾਈ ਕੁੜੇ ਕਿ ਨੋ ਅਸ਼ਿਆ ਜ਼ਰੂਰਤ ਦੀ ਕੀਮਤਾ ਕੁੜੇ ਕਿ ਨੋ ਤੁਸਾਂ ਅੱਜ ਮਤਲਬ ਇਹ ਖਾਦ ਆਪਣੇ ਪੈਸਾ ਤੇ ਨਹੀਂ ਮਿਲਦੀ ਅਸਰ ਤਾਂ ਕੋ ਸਿਰਫ ਇਹ ਗੁਜ਼ਾਰਿਸ਼ ਕਰ ਰਹੇ ਨੇ ਜੋ ਤੁਸਾਂ ਖਾਮੋਸ਼ ਨਾ ਬੋ ਤੁਸਾਂ ਸਾਡਾ ਸਾਥ ਦਿਓ ਪਾਕਿਸਤਾਨ ਪੀਪਲਸ ਪਾਰਟੀ ਦੀ ਕਿਆਦਤ ਹੀ ਬੈਠੀ ਹੈ ਵਰਕਰ ਵੀ ਬੈਠੇ ਨੇ ਇਨਸ਼ਾਅੱਲਾ ਤਾਲਾ ਅਸਾਂ ਇਹਨਾਂ ਦੇ ਖਿਲਾਫ ਇੱਕ ਰੈਫਰੈਂਡਮ ਚਾਹਦੇ ਨੇ ਖਾਦ ਤਹਿਸੀਲ ਮਿਆਦ ਸੀਟ ਸ਼ਾਇਦ ਇਤਨੀ ਅਹਿਮੀਅਤ ਹਾਂ ਮਿਲਣਾ ਹੈ ਲੇਕਿਨ ਇਹ ਇਲੈਕਸ਼ਨ ਅਹਿਮੀਅਤ ਹਾਮਿਲ ਹੈ ਇਹ ਇਲੈਕਸ਼ਨ ਦੇ ਵਿੱਚ ਤੁਸਾਂ ਲੋਕਾਂ ਨੇ ਫੈਸਲਾ ਕਰਨਾ ਹੈ ਜੋ ਬਈ ਨਵੇਂ ਪਾਕਿਸਤਾਨ ਦੀ ਜਿਹੜੀ ਪਾਲਿਸੀਆਂ ਹਨ ਉਹਦੇ ਕੋਲ ਤੁਸੀਂ ਪੁੱਛੀ ਹੋਏ ਕਿ ਨਹੀਂ ਗੱਲ ਪਾਕਿਸਤਾਨ ਪੀਪਲਸ ਪਾਰਟੀ ਠੀਕ ਹੈ ਐਸਾ ਆਦੇ ਕਮੀਆਂ ਬੇਸ਼ਾ ਥਈਆ ਹੋਸੇ ਤੁਸੀਂ ਕੋਤਾਈਆਂ ਵੀ ਥਈਆ ਹੋਸੇ ਲੇਕਿਨ ਪੀਪਲਸ ਪਾਰਟੀ ਨੇ ਕਰਾ ਜ਼ੁਲਮ ਨਹੀਂ ਕੀਤਾ ਲੋਕਾਂ ਦੇ ਅੱਜ ਵੀ 12 ਸਾਲ ਠੀਕ ਹੈ ਸਾਡੀ ਪਾਰਟੀ ਦੀ ਹਕੂਮਤ ਕੋਈ ਲੇਕਿਨ ਬੇਨਜ਼ੀਰ ਦੇ ਨਾਂ ਉੱਤੇ ਕਾਟ ਵਜ਼ੀਫੇ ਅੱਜ ਵੀ ਮਿਲਦੇ ਪਏ ਐਲੇ ਵੀ ਗਾਲ ਸ਼ਹਿਰ ਚ ਅਕਸਰ ਕਰਦੇ ਨਾ ਹੁਣੇ ਮੈਂ ਕੋ ਦੋਸਤ ਆ ਕੇ ਸਹਿਬ ਗੈਸ ਤੇ ਬਿਜਲੀ ਦੇ ਉੱਤੇ ਲੋਡ ਸ਼ੈਡਿੰਗ ਦੇ ਉੱਤੇ ਮਤਲਬ ਮੈਂ ਅਸੈਂਬਲੀ ਦੇ ਵਿੱਚ ਬਕਾਇਦਾ ਇਹ ਮੁਕਦਮਾ ਲੜਾ ਤੇ ਬਕਾਇਦਾ ਫੈਕਟ ਐਂਡ ਫਿਗਰ ਨਾਲ ਅਸ ਲੜਨੇ ਮੈਂ ਅਕਸਰ ਇਹਨਾਂ ਕੋ ਆਦਾ ਜੇ ਸਾਰੇ ਵਫਾਕੀ ਨੁਮਾਇੰਦੇ ਜਿਨ੍ਹਾਂ ਐਵਾਨਾ ਇਹ ਮੁਕਦਮੇ ਲੜੇ ਵੈਨ ਉਹ ਅਗਰ ਆਪਰੇ ਮੈਂ ਤਾਂ ਅਕਸਰ ਆਦਾ ਨਾ ਗਾਪਦੀ ਗਾਪੇ ਤੇ ਸੱਚ ਦੀ ਸੱਚੇ ਅਲੀ ਅਮੀਨ ਖਾਨ ਜਿਹੜੀ ਵਾਲਾ ਤੇ ਮਿਹਨਤ ਕਰਦੇ ਅਗਰ ਇਸੇ ਮੁਕਦਮੇ ਤੇ ਮਿਹਨਤ ਕੀਤੀ ਹੋਵੇ ਸੱਚਾ ਤਾਂ ਹੁਣ ਤੇ ਬਿਜੀ ਦਾ ਮਸਲਾ ਹੱਲ ਕੀ ਗਿਆ ਲੇਕਿਨ ਇਹਨਾਂ ਕੋ ਸਮਝ ਕੋਨੀ ਮਜ਼ਾਕ ਕੋ ਇਲਾਵਾ ਤਾਂ ਵਾਦਾ ਪਿਆ ਇਹਨਾਂ ਨੁਮਾਇੰਦਾ ਕੋ ਸਮਝ ਕੋਨੀ ਇਹਨਾਂ ਕੋ ਆਪਣੇ ਮੁਕਦਮੇ ਦਾ ਪਤਾ ਕੋਨੀ ਕਿ ਬਈ ਯਾਰ ਇਹ ਕਿੱਥੇ ਨਾ ਪਿਆ ਹੈ ਇਹਨਾਂ ਕੋ ਗਾਲਨ ਗਲੋਸ ਕੋ ਫੁਰਸਤ ਕੋਨੀ ਬਦ ਕਲਾਮੀ ਤੇ ਬਦ ਜ਼ਬਾਨੀ ਦੇ ਕੋ ਫੁਰਸਤ ਕੋਨੀ ਇਹ ਕਿ ਸਮਝੇ ਸੇ ਮਤਲਬ ਸਾਰੇ ਮੁਕਦਮੇ ਕੋ ਇਹਨਾਂ ਕੋ ਪਤਾ ਕੋਨੀ ਸਾਰੀ ਕਿਤਨੀ ਜਾਇਦਾਦ ਤੇ ਵਿਰਾਸਤ ਹੈ ਗੈਸ ਦੀ ਸੂਰਤ ਵਿੱਚ ਬਿਜਲੀ ਦੀ ਸੂਰਤ ਵਿੱਚ ਖੈਬਰ ਪਖਤੂਨਖਾ ਉਹ ਬਦਕਿਸਮਤ ਸੂਬਾ ਹੈ ਜਿਹੜਾ ਸਾਰਾ ਕੁਝ ਸਸਤੀ ਤਰੀਨ ਬਿਜਲੀ ਪਾਕਿਸਤਾਨ ਦੇ ਵਿੱਚ ਬੜੇਦਾ ਤੇ ਇਜ਼ਾਫੀ ਬਿਜਲੀ ਅਸਾਂ ਇਸਲਾਮਾਬਾਦ ਇੱਕ ਮੀਟਿੰਗ ਬੈਠੇ ਸੀ ਉਹਨਾਂ ਕੇ ਸਭ ਖੈਬਰ ਪਖਤੂਨਖਾ ਚੋਰੀ ਕਰਦੇ ਮੈਂ ਕਿਹਾ ਸਰ ਚੋਰੀ ਵਰਦਰੀ ਕਰਦੇ ਨਾ ਰਿਆਸਤ ਸਾਰੀ ਚੋਰੀ ਕਰਨੀ ਪਈ ਇਹ ਮੈਂ ਬਵਾਂਗੇ 2 ਲੱਖ ਅਸੈਂਬਲੀ ਦੇ ਵਿੱਚ ਬਿਲਕੁਲ 17 ਅਰਬ ਯੂਨਿਟ ਸਾਡਾ ਪਰ ਮੇਰਾ ਸਿਰਫ 17 ਅਰਬ ਯੂਨਿਟ ਸਾਡੀ ਪੂਰੀ ਸੂਬੇ ਦੀ ਕੰਜ਼ੰਪਸ਼ਨ ਜਿਹੜੀ ਉਹ 12 ਅਰਬ ਯੂਨਿਟ 5 ਅਰਬ ਬਸ ਇਜ਼ਾਫੀ ਪੰਜਾਬ ਕੋਲ ਨੇ ਪੰਜਾਬ ਸਾਡਾ ਦਿਲ ਹੈ ਲੇਕਿਨ ਦੁਨਤਾਬ ਕੇ ਬਖਰ ਰਹਿੰਦੀ ਪਈ ਹੈ ਦਰਿਆ ਖਾਨੇ ਸੇ ਤਾਕੀ ਤਰ੍ਹਾਂ ਸਾਡੇ ਨੁਮਾਇੰਦਾ ਕੇ ਲਈ ਵਾਸਤੇ ਹੈ ਗਾਲ ਆਖਰ ਦਾ ਮਕਸਦ ਇਹ ਆਦੇ ਸਾਡੇ ਠੀਕ ਹੈ ਉਹਨਾਂ ਨੂੰ ਮਿਲਦੀ ਪਈ ਹੈ ਸਾਡੇ ਨੁਮਾਇੰਦੇ ਇਨਾ ਮੁਕਦਮੇ ਨੂੰ ਸਮਝ ਕੋ ਗਾਫਲ ਇਹਨਾਂ ਨੂੰ ਪਤਾ ਹੀ ਕੋਈ ਨਹੀਂ ਚੈਲੰਜ ਕਰੇ ਨਾ ਜੋ ਇਹਨਾਂ ਨੂੰ ਫੈਕਟਰ ਫਿਗਰ ਦਾ ਪਤਾ ਕੋਈ 13 ਤਾਰੀਖ ਕੋਲ ਪਹਿਲੇ ਪਹਿਲੇ ਤੁਸੀਂ ਹਰ ਗਲੀ ਚ ਆਵਾਜ਼ ਆਉਣੀ ਚਾਹੀਦੀ ਠੱਪੇ ਤੇ ਠੱਪਾ ਤੀਰ ਵਜਾ ਠੱਪਾ ਤੀਰ ਵਜਾ ਇਤਰਾ ਸਾਥ ਰਹੋ ਇਹਨਾਂ ਦੇ ਅਸਰ ਨਿੰਦਰਾ ਹਰਾਮ ਕੀਤੇ ਹੋਏ ਜਿਹੜੇ ਲੋਕ ਆਪਣੇ ਹਕੂਮਤ ਦੇ ਗਰੂਰ ਦੇ ਤਕਬਰ ਇਸ਼ਾਨ ਅੱਜ ਮੌਲੇ ਮੌਲੇ ਗਲੀ ਗਲੀ ਵਤਨ ਮਾਫੀ ਸੁਦਾਰਾ ਇਹ ਇਲੈਕਸ਼ਨ ਨੇ ਬੜੀ ਅਹਿਮੀਅਤ ਹਾਮਿਲ ਹੈ ਤਹਿਸੀਲ ਮੇਅਰ ਸੀਟ ਸ਼ੈਡ ਦੀ ਅਹਿਮੀਅਤ ਦੀ ਹਾਮਿਲ ਨਹੀਂ ਲੇਕਿਨ ਇਹ ਇਲੈਕਸ਼ਨ ਅਹਿਮੀਅਤ ਦਾ ਹਾਮਿਲ ਹੈ ਦੀ ਖਾਨ ਦੇ ਲੋਕਾਂ ਨੇ ਹਮੇਸ਼ਾ ਜ਼ਾਲਮ ਹੁਕਮਰਾਨ ਦੇ ਖਿਲਾਫ ਆਵਾਜ਼ ਚਾਹਤੀ ਹੈ ਤੇ ਅਮਲੀ ਸਬੂਤ ਦਿੱਤੇ ਤਾਰੀਖ ਆਦੀ ਹੈ ਤੇ ਇਨਸ਼ਾਅੱਲਾ ਤੁਹਾਡੇ ਕੋਲ ਸਾਡੀ ਇਹ ਤਵੱਕਕ ਹੈ ਤੁਸਾਂ ਵੀ ਖਾਮੋਸ਼ ਨਾ ਬਾਸੋ ਤੇ ਇਨਸ਼ਾਅੱਲਾ ਜ਼ਾਲਮ ਅੱਲਾਹ ਤਾਲਾ ਅੱਲਾਹ ਦੇ ਹੁਕਮ ਦੇ ਨਾਲ ਸਿਟੀ 2 ਵਿੱਚ ਮੈਂ ਕੋ ਚੈਲੰਜ ਕੀਤਾ ਹੋਇਆ ਹੈ ਬਾਬਾ ਕੀ ਵਜ਼ੀਰ ਨੂੰ ਕਿ ਮੈਂ ਕੋਈ ਦਿਵਾਰਾ ਕਿ ਮੈਂ ਸੂਬਾਈ ਸੀਟ ਲੜਦਾ ਪਿਆ ਸਿਟੀ 2 ਲਈ ਔਰ ਮੈਂ ਸਨੀਆ ਪਠਾ ਮੈਂ ਮੈਂ ਕਿ ਯਾਰ ਇਹ ਮੈਂ ਸੂਬਾਈ ਸੀਟ ਤਸੀ ਸੀ 6 ਮਹੀਨੇ ਬਾਅਦ ਹੁਣ ਇਲੈਕਸ਼ਨ ਆ ਗਿਆ ਮੈਂ ਅਗਰ ਹਾਰ ਗਿਆ ਸਿਟੀ 2 ਵਿੱਚ ਮੈਂ ਅਸਤੀਫਾ ਦੇਸਾ ਨਹੀਂ ਤਾਂ ਤੂੰ ਅਸਤੀਫਾ ਦੇ ਜਿੰਦਾਬਾਦ